और ये चार आइटम तो जो रबड़ में से गई है सर बिल्कुल का भी अच्छी और का आठ बाप और ये चार आए तो नहीं जरा पढ़ना शुरू कर दिया सब मिल गया सब मिल गया हाँ जी सब मिल गया हाँ जी चलिए यहाँ पर टी पी चट्टी होती थी हाँ जी अति नगर से जो पूरी बोल आने था जो हाँ जी ता आने के इतना साल आ गया कि एक भी एक बीजे वाला भी बीजे तो दिखो यार लिखिया ज्यादा थी संत लोका दी अजील ओदा अठ बाप ओदी चार आयत में पढ़ते हैं ओदे विच की लिखिया या कि चार बड़ी पीड़ इकट्ठी होती सी और नगर नगर दे लोग ओदे कोल आउंदे सन ता ओने एक उदाहरण दे के आख्या कहने कहने ਇਹਦੇ ਕੋਲ ਕੀੜੇ ਖੱਟੀ ਹੋ ਰਹੀ ਸੀਗੀ ਕਿਹੜੀਆਂ ਗੱਲਾਂ ਸੁਣਦੇ ਨੇ ਮੈਨੂੰ ਆਵਾਜ਼ ਨਹੀਂ ਆਉਂਦੀ ਤੇ ਮੇਰੀ ਆਵਾਜ਼ ਨੂੰ ਸੁਣਦੀ ਹੈ ਤਾਂ ਤੁਹਾਨੂੰ ਮੇਰੀ ਆਵਾਜ਼ ਸੁਣਨੀ ਚਾਹੀਦੀ ਹੈ ਇਹਦੇ ਕੋਲ ਕੀੜੇ ਖੱਟੀ ਹੋ ਰਹੀ ਸੀ ਕਿਹੜੀਆਂ ਗੱਲਾਂ ਸੁਣਦੇ ਨੇ ਹਾਲੇਲੂਇਆ ਹਾਲੇਲੂਇਆ ਦੇਖਿਆ ਤਾਂ ਯਿਸੂ ਮਸੀਹ ਸਦਾ ਨਗਰ ਨਗਰ ਦੇ ਲੋਕਾਂ ਨੂੰ ਜਦ ਪਤਾ ਲੱਗ ਗਿਆ ਕਿ ਯਿਸੂ ਮਸੀਹ ਇਸ ਥਾਂ ਦੇ ਉੱਤੇ ਆਇਆ ਲੋਕਾਂ ਤੇ ਇਕੱਠਾ ਹੋਣਾ ਸ਼ੁਰੂ ਹੋ ਗਏ ਜਦ ਕਾਫੀ ਲੋਕ ਇਕੱਠੇ ਹੋ ਗਏ ਤੇ ਯਿਸੂ ਮਸੀਹ ਨੇ ਲਿਖਿਆ ਇੱਕ ਉਦਾਹਰਣ ਦੇ ਕੇ ਆਖਿਆ ਯਿਸੂ ਮਸੀਹ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਹਾਂਜੀ ਪੜ੍ਹੀਏ ਕਿ ਇੱਕ ਬੀਜਣ ਵਾਲਾ ਵੀ ਬੀਜਣ ਨੂੰ ਨਿਕਲਿਆ ਔਰ ਉਹਦੇ ਬੀਜ ਆ ਉਹ ਜਦ ਬੀਜ ਰਿਹਾ ਸੀਗਾ ਕੁਝ ਪਏ ਵੱਲ ਜਾ ਪਿਆ ਕੁਝ ਪਏ ਦੇ ਵੱਲ ਜਾ ਗਿਆ ਅਤੇ ਵਿਧਿਆ ਗਿਆ ਉੱਥੇ ਜਦੋਂ ਬੀਜ ਲੈ ਕੇ ਇੱਕ ਬੰਦਾ ਬੀਜ ਲੈ ਕੇ ਕਿਤੇ ਬੀਜਣ ਤੇ ਨਿਕਲਿਆ ਤਾਂ ਜੋ ਉਹਨੇ ਬੀਜ ਸੁੱਟਿਆ ਤੇ ਉਹ ਪਏ ਦੇ ਉੱਤੇ ਡੇਕਿਆ ਮਤਲਬ ਇਹਨੂੰ ਪਤਾ ਇਹਦਾ ਮਤਲਬ ਹਾਂ ਹਾਂ ਰਸਤੇ ਦੇ ਵਿੱਚ ਜਿੱਥੇ ਜ਼ਿਆਦਾ ਆਵਾਜਾਈ ਆ ਇੱਕ ਬੀਜ ਬੀਜਣ ਵਾਲਾ ਬੀਜਣ ਦੇ ਲਈ ਨਿਕਲਿਆ ਤਾਂ ਜਦੋਂ ਬੀਜਣ ਲੱਗਾ ਤੇ ਉਹ ਰਾਹ ਦੇ ਵਿੱਚ ਡਿੱਗ ਗਿਆ ਜਿੱਥੇ ਬਹੁਤ ਜ਼ਿਆਦਾ ਆਵਾਜਾਈ ਆ ਲੋਕ ਆਉਂਦੇ ਜਾਂਦੇ ਆ ਟ੍ਰੈਫਿਕ ਆ ਉਹਦੇ ਨਾਲ ਕੀ ਹੁੰਦਾ ਆ ਕਿ ਉਹ ਬੀਜ ਜਿਹੜੇ ਆ ਉਹ ਸਾਈਡ ਉੱਤੇ ਸਿੱਟੇ ਜਾਂਦੇ ਆ ਹਾਂਜੀ ਅਤੇ ਵਿਧਿਆ ਗਿਆ ਵਿਧਿਆ ਗਿਆ ਲੋਕਾਂ ਦੇ ਪੈਰਾਂ ਦੇ ਹੇਠ ਆ ਗਿਆ ਹਾਂਜੀ ਅਤੇ ਗਾਂ ਦੇ ਪੰਛੀ ਉਹਨੂੰ ਚੁੱਕ ਗਏ ਫਿਰ ਉਸ ਤੋਂ ਬਾਅਦ ਆਕਾਸ਼ ਦੇ ਪੰਛੀ ਜਿਹੜੇ ਆ ਉਹਨੂੰ ਚੁੱਕ ਕੇ ਹਾਂਜੀ ਅਰ ਹੋਰ ਬੱਫਰ ਉੱਤੇ ਗਿਰਿਆ ਇੱਕ ਬੀਜ ਬੀਜਣ ਵਾਲਾ ਬੀਜਣ ਦੇ ਲਈ ਨਿਕਲਿਆ ਸੁਣੀਏ ਬੜੇ ਧਿਆਨ ਦੇ ਨਾਲ ਪਰਮੇਸ਼ਰ ਦੇ ਪਵਿੱਤਰ ਕਲਾਮ ਨੂੰ ਜੋ ਲੋਕ ਅੱਜ ਪਵਿੱਤਰ ਕਲਾਮ ਨੂੰ ਬੜੇ ਧਿਆਨ ਦੇ ਨਾਲ ਸੁਣਨਗੇ ਉਹਨਾਂ ਦੀ ਅੱਜ ਆਤਮਿਕ ਫਰਕ ਹੋਏਗੀ ਬੋਲੋ ਆਮੇ ਹਾਲੇ ਹਾਲੇਲੂਇਆ 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 ਬੜੇ ਹੀ ਧਿਆਨ ਦੇ ਨਾਲ ਸੁਣਨਾ ਕਿਉਂਕਿ ਆਪਣੇ ਵਰਤਮਾਨ ਆਏ ਪਰਮੇਸ਼ਰ ਦੇ ਵੱਲੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬੜੇ ਧਿਆਨ ਦੇ ਪਹਿਲ ਦੇਖਣੇ ਨੇ ਪ੍ਰਾਰਥਨਾ ਦੇ ਵਿੱਚ ਸੁਣਨਾ ਤੁਹਾਨੂੰ ਬੜੇ ਧਿਆਨ ਦੇ ਦੱਸਿਆ ਤੁਹਾਡੇ ਲਈ ਸੰਦੇ ਤੋਂ ਮੈਂ ਗੱਲਾਂ ਨੂੰ ਜ਼ਾਹਿਰ ਕਰਾਂਗਾ ਤੁਹਾਡੇ ਹਾਲੇਲੂਇਆ 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 ਸੰਦੇ ਸਾਰੇ ਨੇ ਤਿਆਰ ਹੋ ਕੇ ਆਣੇ ਆ ਬਪਤਿਸਮੇ ਵੀ ਹੋਣੇ ਆ ਸਾਰੇ ਨੇ ਆਪਣੇ ਆਪ ਨੂੰ ਤਿਆਰ ਕਰਕੇ ਆਉਣਾ ਹੈ ਔਰ ਜੋ ਗੱਲਾਂ ਮੈਂ ਤੁਹਾਨੂੰ ਤੁਹਾਡੇ ਬਾਰੇ ਆਖੀ ਹੈ ਮੈਂ ਜ਼ਰੂਰ ਉਹਨਾਂ ਗੱਲਾਂ ਨੂੰ ਤੁਹਾਡੇ ਉੱਤੇ ਸਾਂਝੀਆਂ ਕਰਾਂਗਾ ਤਾਂ ਕਿ ਤੁਸੀਂ ਪਰਮੇਸ਼ਵਰ ਤੋਂ ਆਸ਼ੀਸ਼ ਲੈਣ ਦੇ ਹੱਕਦਾਰ ਹੋ ਜਾਓ ਗੁਰੂ ਹਾਲੇਲੂਇਆ 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 ਇੱਕ ਬੀਜ ਬੀਜਣ ਵਾਲਾ ਬੀਜਣ ਦੇ ਲਈ ਨਿਕਲਿਆ ਜਦੋਂ ਬੀਜ ਦਾ ਆਇਆ ਉਹ ਰਸਤੇ ਦੇ ਉੱਤੇ ਡਿੱਗ ਗਿਆ ਲੋਕਾਂ ਦਾ ਆਉਣਾ ਜਾਣਾ ਉਸ ਰਸਤੇ ਦੇ ਉੱਤੇ ਆ ਕੇ ਉਹ ਬੀਜ ਜਿਹੜਾ ਆ ਪਹਿਲਾਂ ਦੇ ਵਿੱਚ ਦੱਬਿਆ ਗਿਆ ਆਕਾਸ਼ ਦੇ ਪੰਛੀ ਆ ਕੇ ਉਹਨੂੰ ਚੁੱਕ ਕੇ ਲੈ ਗਏ ਹਾਲੇਲੂਇਆ ਹਾਲੇਲੂਇਆ ਇਹਨਾਂ ਜਣਾ ਨੂੰ ਸਮਝ ਆ ਰਹੀ ਹੈ
एक्सप्लेन कर रहा है मैं बात पढ़िए जरा थोड़ा बोल अरे वो पत्थर उसे गिरिया और पत्थर ने उसे कुछ बीज डिग के जी तो उपदया ही सूख गया वो उपदया ही सूख गया इसलिए जो वो गिर ना पड़ती क्यों जो वो मिट्टी नहीं मिली वो गिली मिट्टी नहीं मिली जिसे करके वो जड़ तो पड़ना सका पत्थर ने उसे उपदया गया लेकिन थोड़े समय के लिए हाँ जी अति बोल कंडियालिया भी क्रिया फिर थोड़े बीज कंडियालिया दे के डिग के हाँ जी अति कंडियालिया डाल गई ਕੰਡਿਆਲੀਆਂ ਦੇ ਵਿੱਚ ਜਿਹੜਾ ਡਿੱਗਿਆ ਉਹ ਵੀ ਹੋ ਗਿਆ ਲੇਕਿਨ ਜ਼ਿਆਦਾ ਵੱਧ ਨਹੀਂ ਪਾਇਆ ਕਿਉਂ ਕਿਉਂਕਿ ਕੰਡਿਆਲੀਆਂ ਨੇ ਉਹਨੂੰ ਘੇਰ ਲਿਆ ਉਹ ਜ਼ਿਆਦਾ ਵੱਧ ਨਹੀਂ ਪਾਇਆ ਹਾਂਜੀ ਅਸੀਂ ਕੰਡਿਆਲੀਆਂ ਦੇ ਨਾਲ ਹੀ ਵੱਧ ਕੇ ਉਹਨੂੰ ਦਬਾ ਲਿਆ ਦਬਾ ਲਿਆ ਹਰ ਹੋਰ ਜੰਗੀ ਜ਼ਮੀਨ ਵਿੱਚ ਗਿਰਿਆ ਕੁਝ ਚੰਗੀ ਜ਼ਮੀਨ ਦੇ ਵਿੱਚ ਬੀਜ ਜਿਹੜਾ ਡਿੱਗਿਆ ਉਹ ਕਿਉਂਕਿ 100 ਗੁਣਾ ਫਲਿਆ ਉਹ 100 ਗੁਣਾ ਫਲਿਆ ਉਹ ਇਹ ਕਹਿੰਦਾ ਕਹਿ ਕੇ ਹਾਂ ਉੱਚੀ ਉੱਚੀ ਬੋਲਿਆ ਯਿਸੂ ਮਸੀਹ ਕਹਿੰਦਾ ਤਾਂ ਯਿਸੂ ਮਸੀਹ ਨੇ ਲੋਕਾਂ ਨੂੰ ਕਹਿ ਦਿੱਤੀਆਂ ਨਗਰ ਨਗਰ ਦੇ ਲੋਕਾਂ ਨੂੰ ਜਿਹੜੇ ਸੁਥਾਂ ਦੇ ਉੱਤੇ ਇਕੱਠੇ ਹੋਏ ਸੀਗੇ ਜਦੋਂ ਇਹ ਦ੍ਰਿਸ਼ਟਾਂਤ ਇਹ ਉਦਾਹਰਣ ਨਾਲ ਲੋਕਾਂ ਨੂੰ ਕਹਿ ਰਿਹਾ ਤੇ ਫਿਰ ਲਿਖਿਆ ਉੱਚੀ ਉੱਚੀ ਕਰਕੇ ਬੋਲਿਆ ਭਈ ਜਿਹਦੇ ਕੰਨ ਸੁਣਨ ਦੇ ਕੰਨ ਹੋਣ ਭਈ ਜਿਹਦੇ ਸੁਣਨ ਦੇ ਕੰਨ ਹੋਣ ਉਹ ਸੁਣ ਲਵੇ ਕਿਉਂ ਕਿਹਾ ਉੱਚੀ ਆਵਾਜ਼ ਦੇ ਨਾਲ ਦੁਬਾਰਾ ਕੋਈ ਸਲਾਈਨ ਯਿਸੂ ਮਸੀਹ ਜਦੋਂ ਇਹ ਉਦਾਹਰਣ ਦੇ ਚੁੱਕੇ ਉਸ ਤੋਂ ਬਾਅਦ ਕੀ ਬੋਲਿਆ ਉਹ ਇਹ ਗੱਲ ਕਹਿ ਕੇ ਉੱਚੀ ਉੱਚੀ ਬੋਲਿਆ ਉੱਚੀ ਉੱਚੀ ਕਰਕੇ ਬੋਲਿਆ ਭਾਈ ਜਿਹਦੇ ਸੁਣਨ ਦੇ ਕੰਨ ਹੋਣ ਭਾਈ ਜਿਹਦੇ ਸੁਣਨ ਦੇ ਕੰਨ ਹੋਣ ਤੂੰ ਸੁਣੇ ਉਹ ਸੁਣ ਲਵੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਸ਼ੈਤਾਨ ਨੇ ਤੁਹਾਨੂੰ ਕਿੱਦਾਂ ਗੁੰਮਰਾਹ ਕਰਨਾ ਹੈ ਕਿੱਦਾਂ ਤੁਹਾਨੂੰ ਪਰਮੇਸ਼ਵਰ ਦੇ ਵਚਨ ਤੋਂ ਹਟਾਉਣਾ ਹੈ ਕਿੱਦਾਂ ਤੁਸੀਂ ਜਦੋਂ ਗੱਲਾਂ ਸੁਣਦੇ ਹੋਣਾ ਆ ਕਿੱਦਾਂ ਕਿੱਦਾਂ ਉਹਨੇ ਚਾਲਾਂ ਚੱਲਣੀਆਂ ਆ ਕਿੱਦਾਂ ਉਹਨੇ ਪਰਮੇਸ਼ਰ ਦਾ ਕਲਾਮ ਜਿਹੜਾ ਤੁਹਾਨੂੰ ਯਾਦ ਨਹੀਂ ਰੱਖਣ ਦੇਣਾ ਕਿਤੇ ਤੁਸੀਂ ਬਚ ਨਾ ਜਾਓ ਕਿਤੇ ਤੁਸੀਂ ਸੁਰਗ ਰਾਜ ਦੇ ਅਧਿਕਾਰੀ ਨਾ ਹੋ ਜਾਓ ਕਿਤੇ ਤੁਸੀਂ ਆਪਣੀ ਬਿਮਾਰੀ ਤੋਂ ਛੁਟਕਾਰਾ ਨਾ ਪਾ ਲਵੋ ਇਸੇ ਕਰਕੇ ਲਿਖਿਆ ਕਿ ਯਿਸੂ ਮਸੀਹ ਨੇ ਉੱਚੀ ਦੇ ਕੇ ਬੋਲਿਆ ਕਿ ਜਿਹਦੇ ਸੁਣਨ ਦੇ ਕੰਨ ਹੋਣ ਉਹ ਸੁਣ ਲਵੇ ਇੱਕ ਬੀਜ ਬੀਜਣ ਵਾਲਾ ਯਾਨੀ ਕਿ ਪਰਮੇਸ਼ਵਰ ਦਾ ਕਲਾਮ ਜਿਹੜਾ ਬੀਜਿਆ ਜਾਂਦਾ ਆ ਔਰ ਚਾਰ ਤਰ੍ਹਾਂ ਦਾ ਬੀਜ ਹੁੰਦਾ ਆ ਬੀਜ ਸੇਮ ਆ ਤੁਸੀਂ ਕਿਸੇ ਰੀਤੀ ਦੇ ਨਾਲ ਗ੍ਰਹਿਣ ਕਰਦੇ ਆ ਇਹਨੇ ਲੋਕ ਸੁਣਦੇ ਆ ਡਿਪੈਂਡ ਕਰਦਾ ਤੁਹਾਡੇ ਤੇ ਕਿ ਤੁਸੀਂ ਕਿੱਦਾਂ ਗ੍ਰਹਿਣ ਕਰਦੇ ਆ ਕੰਡਿਆਲਿਆਂ ਵਾਲਾ ਪੱਥਰ ਵਾਲਾ ਜਿਹੜਾ ਰਸਤੇ ਦੇ ਉੱਤੇ ਗਿਣਿਆ ਉਹ ਵਾਲਾ ਜਾਂ ਇੱਕ ਚੰਗਾ ਜ਼ਮੀਨ ਦੇ ਉੱਤੇ ਡਿੱਗਿਆ ਤੁਸੀਂ ਕਿਸ ਰੀਤੀ ਦੇ ਨਾਲ ਗ੍ਰਹਿਣ ਕਰਦੇ ਆ ਡਿਪੈਂਡ ਕਰਦਾ ਆ ਤੁਹਾਡੇ ਉੱਤੇ ਕਿਉਂ ਤੁਹਾਨੂੰ ਵਚਨ ਯਾਦ ਨਹੀਂ ਰਹਿੰਦਾ ਕਿਉਂਕਿ ਉਹ ਜਿਹੜਾ ਪੱਥਰ ਦੇ ਉੱਤੇ ਆਪਣੇ ਦਿਲਾਂ ਨੂੰ ਨਰਮ ਨਹੀਂ ਕਰਨਾ ਆਪਣੀ ਕਠੋਰਤਾ ਦੇ ਵਿੱਚ ਰਹਿਣਾ ਨਸ਼ਾ ਕਰਨ ਵਾਲਾ ਨਸ਼ਾ ਕਰਕੇ ਆਉਂਦਾ ਆ ਤੇ ਨਸ਼ਾ ਚੜਦਾ ਨਹੀਂ ਆ ਤੇ ਜਦੋਂ ਕਲਾਮ ਨਸ਼ੇ ਦੇ ਬਾਰੇ ਹੁੰਦਾ ਉਹ ਦਿਲ ਨੂੰ ਪੱਥਰ ਬਣਾ ਕੇ ਪ੍ਰਚਾਰ ਕਰ ਕਰੀ ਜਾ ਕਰੀ ਜਦੋਂ ਪ੍ਰਚਾਰ ਕੋਈ ਪੱਥਰ ਦੇ ਡਿੱਗ ਰਿਹਾ ਹੈ ਜਦ ਉਹ ਉਸ ਬੀਜ ਨੂੰ ਚੰਗੀ ਜ਼ਮੀਨ ਦੇ ਡਿੱਗਣ ਦੇਗਾ ਤੇ ਉਸ ਤੋਂ ਆਪਣਾ ਬਲਵੰਤ ਹੋਏਗਾ ਸਾਡੀ ਕਲੀਸਿਆ ਬੰਦਿਆਂ ਨੂੰ ਸੰਸਾਰਕ ਕੰਮਾਂ ਦੇ ਵੱਲ ਤਾਂ ਨਹੀਂ ਸਾਡਾ ਧਿਆਨ ਕਿਤੇ ਸਾਡੇ ਪਰਿਵਾਰ ਦੇ ਵੱਲ ਤਾਂ ਨਹੀਂ ਸਾਡਾ ਧਿਆਨ ਕਿਤੇ ਹੋਰ ਟੈਨਸ਼ਨਾਂ ਫਿਕਰਾਂ ਦੇ ਵਿੱਚ ਤਾਂ ਨਹੀਂ ਔਰ ਬੈਠੀਆਂ ਸੀ ਚਰਚ ਦੇ ਵਿੱਚ ਜਿਹੜਾ ਆਕਾਸ਼ ਦੇ ਪੰਛੀ ਆ ਕੇ ਚੁਰਾ ਕੇ ਲੈ ਜਾਂਦੇ ਆ ਚੁੱਕ ਕੇ ਲੈ ਜਾਂਦੇ ਤਾਂ ਮਤਲਬ ਕੀ ਆ ਸ਼ੈਤਾਨ ਆ ਕੇ ਵਚਨ ਚੁਰਾ ਕੇ ਲੈ ਜਾਂਦਾ ਆ ਇਸ ਕਰਕੇ ਸਾਨੂੰ ਯਾਦ ਨਹੀਂ ਰਹਿੰਦਾ ਆ ਬੋਲੋ ਹਾਲੇਲੂਯਾ ਹਾਲੇਲੂਯਾ ਅਸੀਂ ਯਾਦ ਰੱਖਣਾ ਹੈ ਅਸੀਂ ਆਪਣਾ ਜਿਹੜਾ ਵਚਨ ਸਾਡੇ ਲਈ ਭੇਜਿਆ ਜਾਂਦਾ ਆ ਸਵਰਗ ਤੋਂ ਮੰਨਾ ਉਤਰਦਾ ਆ ਪਵਿੱਤਰ ਆਤਮਾ ਦੇ ਜ਼ਰੀਏ ਉਹਨੂੰ ਅਸੀਂ ਗ੍ਰਹਿਣ ਕਰਨਾ ਆ ਔਰ ਅਸੀਂ ਚੰਗੀ ਜ਼ਮੀਨ ਦੇ ਉੱਤੇ ਡਿੱਗਣ ਦੇਣਾ ਆ ਤਾਂ ਜੋ ਉਹ ਸੋਭਨਾ ਫਲਵੰਤ ਹੋਵੇ ਹਾਲੇਲੂਯਾ ਹਾਲੇਲੂਯਾ ਇਹਨਾਂ ਨੂੰ ਸਮਝ ਲੱਗ ਰਹੀ ਹੈ ਲਿਖਿਆ ਯਿਸੂ ਮਸੀਹ ਜਦੋਂ ਦੇਖਿਆ ਯਿਸੂ ਮਸੀਹ ਨੇ ਕਿ ਲੋਕ ਇਕੱਠੇ ਹੋ ਗਏ ਆ
और यीशु मसीह एक उदाहरण दे के लोगों को गल करन लगे। आखदे आ कि एक बीज बीजण वाला बीजण दे लई निकलिया, कुछ रस्ते दे उत्ते गिर गया, कुछ पत्थर दे उत्ते, कुछ कंडियाड़ियां दे उत्ते और कुछ चंगी जमीन दे उपर। अज भी बीज सुटिया जा रहा है, अज भी जिहड़ा बीज आ उह खिलारिया जा रहा है। बीजण वाला बीजण दे लई निकलिया, डिपेंड करता तुहाडे उत्ते, तुसीं कित्थे निकल दे रहे आ। ਕਿਤੇ ਬੀਜ ਪੱਥਰ ਦੇ ਤਰੀ ਡਿੱਗ ਰਿਹਾ, ਕਿਤੇ ਉਹ ਗੰਡਿਆਰੀਆਂ ਦੇ ਤਰੀ ਡਿੱਗ ਰਿਹਾ, ਕਿਤੇ ਉਹ ਰਸਤੇ ਦੇ ਵਿੱਚ ਤਰੀ ਡਿੱਗ ਰਿਹਾ ਕਿ ਅਸੀਂ ਉਹਦੀ ਵਚਨ ਦੀ ਇੱਜ਼ਤ ਨਹੀਂ ਕਰ ਰਹੇ, ਉਹ ਪੈਰਾਂ ਥੱਲੇ ਡਿੱਗਿਆ ਜਾ ਰਿਹਾ ਆ। ਕਿੰਨੇ ਨਾਲ ਸਮਝ ਲੱਗ ਰਹੀ ਹੈ? ਅੱਗੇ ਫਿਰ ਯਿਸੂ ਮਸੀਹ ਦੇ ਚੇਲਿਆਂ ਨੇ ਯਿਸੂ ਮਸੀਹ ਨੂੰ ਆਖਿਆ ਕਿ ਪਿਤਾ ਦੀਆਂ ਗੱਲਾਂ ਕਰਦਾ ਆ, ਸਾਡੀ ਸਮਝ ਤੋਂ ਵੀ ਬਾਹਰ ਹੈ, ਸਾਨੂੰ ਥੋੜਾ ਖੁੱਲ ਕੇ ਦੱਸ। परमेश्वर दे राज दे भेटां दी समझ तुहानूं दित्ती गई आ, पर होरनां नूं विश्वास विच होरनां नूं उदाहरणां दे विच तां जो ओह वेखिया ना वेखण, ਅਸੀਂ ਸੁਣਦੇ ਨਾ ਸਮਝਦੇ। ਹਾਂਜੀ, ਪਰ ਇਹ ਵਿਚਾਰ ਇਹੋ ਹੈ, ਇਹ ਜਿਹੜੀ ਉਦਾਹਰਣ ਇਹੋ ਹੈਗੀ ਆ ਕਿ ਵੀ ਪਰਮੇਸ਼ਵਰ ਦਾ ਵਚਨ ਹੈ ਕਿ ਜਿਹੜਾ ਬੀਜ ਬੀਜਣ ਦੇ ਲਈ ਨਿਕਲਿਆ ਸੀਗਾ ਉਹ ਜਿਹੜਾ ਬੀਜ ਆ ਉਹ ਪਰਮੇਸ਼ਵਰ ਦਾ ਕਲਾਮ ਆ, ਪਰਮੇਸ਼ਵਰ ਦੀਆਂ ਗੱਲਾਂ ਆ। ਹਾਂਜੀ, ਅਤੇ ਪਹੇ ਦੇ ਕੰਡੇ ਵਾਲੇ ਉਹ ਹਨ, ਉਹ ਜਿਹੜੇ ਪਹੇ ਦੇ ਕੰਡੇ ਦੇ ਉੱਤੇ ਜਿਹੜਾ ਬੀਜ ਡਿੱਗ ਕੇ ਆਇਆ ਉਹ ਲੋਕ ਆ ਜਿਹਨਾਂ ਸੁਣਿਆ, ਜਿਹਨਾਂ ਵਚਨ ਨੂੰ ਬੜੇ ਧਿਆਨ ਦੇ ਨਾਲ ਸੁਣ ਲਿਆ ਜਿੱਦਾਂ ਕਿ ਤੁਸੀਂ ਇਸ ਵਕਤ ਸੁਣ ਰਹੇ ਆ। ਵਿਸ਼ਵਾਸ ਨਾ ਕਰ ਲਵੋ ਔਰ ਵਿਸ਼ਵਾਸ ਕਰਕੇ ਕਿਤੇ ਬਚਾਏ ਨਾ ਜਾਵੋ। ਬਚਾਉਣ ਦਾ ਮਤਲਬ ਕਿ ਤੁਸੀਂ ਸਰਗਨਾਸ ਦੇ ਅਧਿਕਾਰੀ ਨਾ ਹੋ ਜਾਵੋ, ਇਸ ਕਰਕੇ ਉਹ ਤੁਹਾਨੂੰ ਵਚਨ ਯਾਦ ਨਹੀਂ ਰਹਿਣ ਦਿੰਦਾ, ਇਸ ਕਰਕੇ ਉਹ ਵਚਨ ਤੁਹਾਡੇ ਦਿਲਾਂ ਦੇ ਵਿੱਚੋਂ ਕੱਢ ਕੇ ਲੈ ਜਾਂਦਾ ਆ। ਇਸੇ ਕਰਕੇ ਤੁਸੀਂ ਪਵਿੱਤਰ ਆਤਮਾ ਦੀ ਭਰਪੂਰੀ ਤੋਂ ਵਾਂਝੇ ਰਹਿ ਜਾਂਦੇ ਆ।
ਕਿਉਂਕਿ ਪਰਮੇਸ਼ਰ ਦਾ ਕਲਾਮ ਬੰਦੇ ਨੂੰ ਆਉਣ ਵਾਲੀ ਬਿਮਾਰੀ ਨੂੰ ਕੀ ਕਰਦਾ ਆ, ਕੀ ਕਰਦਾ ਆ, ਬਚਾਉਂਦਾ ਆ। ਕਿਉਂ ਲਿਖਿਆ ਗਿਆ ਆ, ਕਿਉਂ ਕਿਹਾ ਗਿਆ ਆ, ਕਿਉਂ ਯਿਸੂ ਮਸੀਹ ਨੇ ਲਿਖਿਆ, ਉੱਚੀ ਉੱਚੀ ਆਵਾਜ਼ ਦੇ ਨਾਲ ਆਖ ਕੇ ਆਖਿਆ ਕਿ ਜਿਹਦੇ ਸੁਣਨ ਦੇ ਕੰਨ ਹੋਣ ਉਹ ਸੁਣ ਲਵੇ। ਅੱਜ ਅਗਰ ਤੁਹਾਡੇ ਕੰਨ ਆ ਤਾਂ ਤੁਸੀਂ ਸੁਣ ਸਕਦੇ ਆ, ਤੁਸੀਂ ਗ੍ਰਹਿਣ ਕਰ ਸਕਦੇ ਆ ਕਿ ਜਦੋਂ ਵੀ ਕਲਾਮ ਨੂੰ ਸੁਣਨਾ ਆ, ਸੁਣਨ ਤੋਂ ਬਾਅਦ ਉਹਦੀ ਰਾਖੀ ਵੀ ਕਰਨੀ ਆ, ਉਹਨੂੰ ਸੰਭਾਲ ਕੇ ਵੀ ਰੱਖਣਾ ਆ, ਕਿਤੇ ਆਕਾਸ਼ ਦਾ ਪੰਛੀ ਕੋਈ ਸ਼ੈਤਾਨ ਆ ਕੇ ਉਹਨੂੰ ਚੁੰਮ ਕੇ ਨਾ ਲੈ ਜਾਵੇ, ਉਹਨੂੰ ਚੁਰਾ ਕੇ ਨਾ ਲੈ ਜਾਵੇ, ਔਰ ਤੁਸੀਂ ਆਸ਼ੀਸ਼ ਤੋਂ ਵਾਂਝੇ ਨਾ ਰਹਿ ਜਾਓ। ਔਰ ਦੋ ਢਾਈ ਘੰਟੇ ਤੁਸੀਂ ਪਰਮੇਸ਼ਵਰ ਦੇ ਕਦਮਾਂ ਦੇ ਵਿੱਚ ਖਾਧੇ ਨਹੀਂ ਆ, ਆਸ਼ੀਸ਼ ਲੈਣ ਦੇ ਨਹੀਂ ਆ, ਔਰ ਦੋ ਘੰਟੇ ਦੀ ਜਿਹੜੀ ਆਸ਼ੀਸ਼ ਆ ਉਹ ਇੱਕ ਕੰਟੇਨਰ ਦੇ ਵਿੱਚ ਚੁੰਮ ਕੇ ਲੈ ਜਾਂਦਾ ਹੈ। ਅੱਜ ਤੁਸੀਂ ਉਹਦੀ ਰਾਖੀ ਕਰ ਰਹੇ, ਅੱਜ ਤੋਂ ਬਾਅਦ ਤੁਸੀਂ ਉਸ ਚੀਜ਼ ਦੀ ਰਾਖੀ ਕਰਨੀ ਆ, ਕਿੱਦਾਂ ਕਰਨੀ ਆ ਕਿ ਜਦੋਂ ਕਲਾਮ ਨੂੰ ਸੁਣਨਾ ਆ ਤੇ ਉਹਨੂੰ ਸਮਝਣਾ ਵੀ ਆਪਣੇ ਦਿਲ ਦੇ ਵਿੱਚ ਉਹਨੂੰ ਥਾਂ ਵੀ ਦੇਣੀ ਆ, ਔਰ ਸ਼ੈਤਾਨ ਕਿੱਦਾਂ ਚਲਾਉਂਦਾ ਆ ਉਹਦੀਆਂ ਚਾਲਾਂ ਨੂੰ ਸਮਝ ਕੇ ਉਹਨੂੰ ਕੈਂਸਲ ਕਰਨਾ ਹੈ। ਹਾਲੇਲੂਯਾ, ਹਾਲੇਲੂਯਾ। ਕਿੰਨੇ ਨੂੰ ਸਮਝ ਆ ਰਹੀ ਹੈ? ਅੱਜ ਥੋੜਾ ਅੱਗੇ ਪੜ੍ਹੀਏ। ਅਤੇ ਜੋ ਪੱਥਰ ਉੱਤੇ ਗਿਰੇ, ਹਾਂਜੀ, ਤੋ ਉਹ ਮੰਨ ਲੈ, ਹਾਂਜੀ, ਕਿ ਜਿਸ ਵੇਲੇ ਉਹ ਟੁੱਟਦੇ ਹਨ ਤਾਂ ਬਚਨ ਨੂੰ ਪੁੱਤੀ ਨਾਲ ਮੰਨ ਲੈਂਦੇ ਹਨ। ਲਿਖਿਆ ਜੋ ਪੱਥਰ ਉੱਤੇ ਬੀਜ ਡਿੱਗਦਾ ਆ ਉਹ ਆ ਕਿ ਜਿਸ ਵੇਲੇ ਉਹ ਕਲਾਮ ਨੂੰ ਸੁਣਦੇ ਆ, ਹਾਂਜੀ, ਤਾਂ ਬਚਨ ਨੂੰ ਪੁੱਤੀ ਨਾਲ ਮੰਨ ਲੈਂਦੇ ਹਨ ਤੇ ਬਚਨ ਨੂੰ ਬੜੀ ਖੁਸ਼ੀ ਦੇ ਨਾਲ ਮੰਨਦੇ ਆ, ਹਾਂਜੀ, ਪਰ ਇਹ ਡਰ ਨਹੀਂ ਰੱਖਦੇ। ਕੀ ਨਹੀਂ ਕਰਦੇ? ਡਰ ਨਹੀਂ ਰੱਖਦੇ, ਜਿਹੜਾ ਬੀਜ ਪੱਥਰ ਦੇ ਉੱਤੇ ਡਿੱਗਿਆ ਹੈ ਉਸ ਤਰ੍ਹਾਂ ਦੇ ਲੋਕ ਆ ਜਿਹੜੇ ਬਚਨ ਨੂੰ ਬੜੇ ਅਲੰਕਿਤ ਹੋ ਕੇ ਮੰਨ ਲੈਂਦੇ ਆ। ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਫਿਰ ਦੱਸਦਾ ਆ ਕਿ ਜਿੱਦਾਂ ਬਾਈਬਲ ਦੇ ਵਿੱਚ ਲਿਖਿਆ ਗਾਲਾਂ ਕੱਢਣੀਆਂ, ਗੁਨਾਹਾਂ ਚੁਗਲੀਆਂ ਕਰਨਾ ਪਾਪਿਆਂ, ਕਿਸੇ ਦੇ ਬਾਰੇ ਮੰਦਾ ਭਾਗਾ ਬੋਲਣਾ ਪਾਪਿਆਂ, ਕਿਸੇ ਦੇ ਉੱਤੇ ਦੋ ਚਲਾਉਣਾ ਪਾਪਿਆਂ। ਔਰ ਜਦੋਂ ਅਸੀਂ ਇਹ ਸੁਣ ਲਿਆ ਸਾਡੇ ਜੀਵਨ ਦੇ ਵਿੱਚ ਇਹ ਕਮੀਆਂ ਆ, ਔਰ ਸਾਨੂੰ ਲੱਗਦਾ ਕਿ ਵਾਕਈ ਕਲਾਮ ਬਹੁਤ ਅੱਛਾ ਆ, ਮੈਂ ਮੇਰੇ ਜੀਵਨ ਦੇ ਲਈ ਆ, ਮੇਰੇ ਲਈ ਆ, ਬੜੇ ਆਨੰਦਿਤ ਹੋ ਕੇ ਅਸੀਂ ਗ੍ਰਹਿਣ ਕਰਦੇ ਹਾਂ, ਲੇਕਿਨ ਜਦੋਂ ਸਿਚੁਏਸ਼ਨ ਆਉਂਦੀ ਆ ਚੁਗਲੀ ਕਰਨ ਦੀ ਉਦੋਂ ਅਸੀਂ ਧਿਆਨ ਨਹੀਂ ਕਰਦੇ, ਜਦੋਂ ਸਿਚੁਏਸ਼ਨ ਆਉਂਦੀ ਆ ਕਿਸੇ ਦੇ ਬਾਰੇ ਮੰਦਾ ਭਾਗਾ ਬੋਲਣ ਦੀ ਉਦੋਂ ਅਸੀਂ ਯਾਦ ਨਹੀਂ ਕਰਦੇ ਬੱਚਿਆਂ ਨੂੰ। ਕਿੰਨੇ ਜਾਣ ਸਮਝ ਆ ਰਹੀ ਆ? ਜਦੋਂ ਝੂਠੇ ਬੋਲਣ ਦੀ ਸਿਚੁਏਸ਼ਨ ਆਉਂਦੀ ਆ ਉਦੋਂ ਅਸੀਂ ਯਾਦ ਨਹੀਂ ਰੱਖਦੇ ਬੱਚਿਆਂ ਨੂੰ, ਤੇ ਉਹ ਵਜਨ ਜਿਹੜਾ ਪੱਥਰ ਦੇ ਉੱਤੇ ਡਿੱਗਿਆ ਕਿਉਂਕਿ ਉਹਦੇ ਜੜ ਨਹੀਂ ਪੜੀ। ਜੜ ਕਿੱਦਾਂ ਪੜੋਗੇ? ਜੜ ਕਿੱਦਾਂ ਫੜਦਾ ਆ ਬੀਜ? ਕਿੱਦਾਂ ਕਲਾਮ ਜੜ ਫੜਦਾ ਸਾਡੇ ਅੰਦਰ? ਸਾਨੂੰ ਲੱਗਦਾ ਆ ਕਿ ਬਾਈਬਲ ਦੇ ਵਿੱਚ ਲਿਖਿਆ ਗਾਲਾਂ ਕੱਢਣ ਵਾਲਾ ਬੰਦਾ ਸਵਰਗ ਰਾਜ ਦਾ ਅਧਿਕਾਰੀ ਨਹੀਂ ਆ, ਪਰ ਜਦੋਂ ਕਿਸੇ ਦੇ ਨਾਲ ਸਾਡੀ ਆਉਣ ਵਾਲੇ ਟਾਈਮ ਦੇ ਵਿੱਚ ਲੜਾਈ ਹੁੰਦੀ ਆ ਉਦੋਂ ਸਾਡੇ ਸਾਡਾ ਜਿਹੜਾ ਗੁੱਸਾ ਬੇਕਾਬੂ ਹੋ ਜਾਂਦਾ ਆ, ਉਦੋਂ ਅਸੀਂ ਅਗਰ ਗਾਲ ਕੱਢ ਦਿੰਦੇ ਆ ਇਹਦਾ ਮਤਲਬ ਬਚਨ ਵਿੱਚ ਹੁੰਦੀ। ਇਸ ਤਰ੍ਹਾਂ ਉਸ ਟਾਈਮ ਵੀ ਤੁਸੀਂ ਚਰਚ ਦੇ ਵਿੱਚ ਸੁਣਿਆ ਤਾਂ ਬਹੁਤ ਚੰਗਾ ਲੱਗਾ, ਲੇਕਿਨ ਜਦੋਂ ਸਿਚੁਏਸ਼ਨ ਆ ਗਈ ਪਰਤਾਵਾ ਆ ਗਿਆ ਉਦੋਂ ਕੰਟਰੋਲ ਕਰਨ ਦੀ ਬਜਾਏ ਤੁਸੀਂ ਪੜਾ ਸਕੂ ਨਹੀਂ ਕੱਢ ਦਿੱਤੀ। ਔਰ ਜਦੋਂ ਕਲਾਮ ਨੂੰ ਸੁਣਦੇ ਆ ਸਿਰਫ ਉਹੀ ਦੋ ਘੰਟੇ ਕੰਮ ਕਰਦਾ ਜੋ ਤੁਸੀਂ ਸੁਣਦੇ ਆ। ਜਦੋਂ ਆਪਣੇ ਘਰਾਂ ਦੇ ਵਿੱਚ ਜਾਂਦੇ, ਜਦੋਂ ਆਪਣੀ ਜੌਬ ਤੇ ਜਾਂਦੇ, ਜਦੋਂ ਆਪਣੇ ਕੰਮ ਕਾਰ ਦੇ ਵਿੱਚ ਜਾਂਦੇ ਆ, ਜਦੋਂ ਆਪਣੇ ਰੂਟੀਨ ਦੇ ਵਿੱਚ ਚਲੇ ਜਾਂਦੇ ਆ ਉਦੋਂ ਕੀ ਹੁੰਦਾ ਆ? ਉਹ ਕਿੱਥੇ ਗਈ ਜੜ? ਅਗਰ ਜੜ ਹੁੰਦੇ ਕਲਾਮ ਨੇ ਜੜ ਫੜ ਲਈ ਆ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਡੇਲੀ ਰੂਟੀਨ ਦੇ ਵਿੱਚ ਅਗਾਹਾਂ ਤੋਂ ਕੰਮ ਕਰੇਗਾ। ਅਗਰ ਤੁਸੀਂ ਉਹਨੂੰ ਕੰਮ ਨਹੀਂ ਕਰਨ ਦੇਣੇ ਆ ਉਹ ਸੁੱਕ ਜਾਏਗਾ। ਕਿੰਨੇ ਜਣ ਨੂੰ ਸਮਝ ਲੱਗ ਰਹੀ? ਪਰਮੇਸ਼ਵਰ ਦੇ ਘਰ ਦੇ ਵਿੱਚ ਆਏ, ਕਲਾਮ ਨੂੰ ਸੁਣ ਲਿਆ, ਬੜੇ ਧਿਆਨ ਦੇ ਨਾਲ ਸੁਣਿਆ, ਔਰ ਉਸ ਤੋਂ ਬਾਅਦ ਜਦੋਂ ਆਪਣੇ
ਤੇਰੀ ਰੂਟੀਨ ਦੇ ਵਿੱਚ ਚਲੇ ਕੇ ਆਪਣੇ ਘਰ ਪਰਿਵਾਰ ਦੇ ਵਿੱਚ ਚਲੇ ਕੇ ਅਜੇ ਜਿਉਣ ਦੀਆਂ ਚਿੰਤਾ ਜਿਉਣ ਦੀਆਂ ਚਿੰਤਾ ਅਰ ਮਾਇਆ ਮਾਇਆ ਅਸੀਂ ਪੂਰਾ ਸਾਥ ਦਵਾਈ ਜਾਂਦੇ ਉਹ ਵੀ ਵਿਲਾਸ ਦੇ ਨਾਲ ਜਦ ਦਵਾਏ ਜਾਂਦੇ ਅਸੀਂ ਪੱਕੇ ਫਲ ਨਹੀਂ ਦਿੰਦੇ ਪੱਕੇ ਫਲ ਨਹੀਂ ਦਿੰਦੇ ਹਨ ਉਹ ਲੋਕ ਜਿਹੜੇ ਪਰਮੇਸ਼ਵਰ ਦੇ ਉੱਤੇ ਭਰੋਸਾ ਕਰਨ ਦੀ ਬਜਾਏ ਪਰਮੇਸ਼ਵਰ ਦੇ ਵਚਨ ਦੇ ਉੱਤੇ ਪਰਮੇਸ਼ਵਰ ਦੀਆਂ ਗੱਲਾਂ ਦੇ ਉੱਤੇ ਭਰੋਸਾ ਕਰਨ ਦੀ ਬਜਾਏ ਆਪਣੇ ਆਪ ਤੇ ਭਰੋਸਾ ਕਰਨਾ ਸ਼ੁਰੂ ਕਰ ਦਿੰਦੇ ਆ ਕਿ ਹੁਣ ਮੈਂ ਇਸ ਸਿਚੁਏਸ਼ਨ ਤੋਂ ਕਿੱਦਾਂ ਬਾਹਰ ਨਿਕਲਣਾ ਹੁਣ ਮੈਂ ਇਸ ਮਾਪ ਤੋਂ ਕਿੱਦਾਂ ਬਾਹਰ ਨਿਕਲਣਾ ਹੁਣ ਮੇਰਾ ਗੁਜ਼ਾਰਾ ਕਿੱਦਾਂ ਹੋਏਗਾ ਹੁਣ ਮੈਂ ਇਮਾਨਦਾਰੀ ਦੇ ਵਿੱਚ ਆ ਗਿਆ ਮੇਰਾ ਹੁਣ ਖਰਚਾ ਕਿੱਦਾਂ ਹੋਏਗਾ ਪਹਿਲਾਂ ਮੈਂ ਬੇਈਮਾਨੀ ਦੀ ਕਮਾਈ ਦੇ ਨਾਲ ਬੜਾ ਖੁੱਲਾ ਖਰਚਾ ਕਰਦਾ ਹੁੰਦਾ ਸੀਗਾ ਮੇਰੇ ਸਾਰੇ ਖਰਚੇ ਹੁੰਦੇ ਸੀਗੇ ਲੇਕਿਨ ਪਵਿੱਤਰ ਬਾਈਬਲ ਦੇ ਵਿੱਚ ਸੱਚ ਮੈਂ ਲਿਖ ਆਇਆ ਕਿ ਬੇਈਮਾਨ ਜਿਹੜਾ ਦਾ ਪਰਮੇਸ਼ਵਰ ਦੇ ਰਾਜ ਦਾ ਅਧਿਕਾਰੀ ਨਹੀਂ ਆ ਹੁਣ ਮੈਂ ਇਮਾਨਦਾਰੀ ਦੇ ਵਿੱਚ ਆ ਗਿਆ ਕਿੱਦਾਂ ਮੇਰਾ ਗੁਜ਼ਾਰਾ ਹੋਗਾ ਇਹ ਉਹਨਾਂ ਲੋਕਾਂ ਦੀਆਂ ਗੱਲਾਂ ਆ ਜਿਹੜੇ ਇਸ ਤਰ੍ਹਾਂ ਕਰਕੇ ਆਪਣੀ ਸਮਝ ਦਾ ਸਹਾਰਾ ਲੈ ਕੇ ਫਿਰ ਜਾਂਦੇ ਆ ਜਦੋਂ ਸੰਸਾਰ ਦੀਆਂ ਚਿੰਤਾਵਾਂ ਜਦੋਂ ਘਰ ਪਰਿਵਾਰ ਦੀਆਂ ਟੈਨਸ਼ਨਾਂ ਪਰਮੇਸ਼ਵਰ ਦੇ ਉੱਤੇ ਰੱਖਣ ਦੀ ਬਜਾਏ ਤੁਸੀਂ ਆਪਣੇ ਆਪ ਦੇ ਉੱਤੇ ਰੱਖ ਲੈਂਦੇ ਆ ਉਦੋਂ ਕੀ ਹੁੰਦਾ ਆ ਉਹ ਜਿਹੜੀਆਂ ਕੰਝਿਆਰੀਆਂ ਦੇ ਵਿੱਚ ਬੀਜ ਗਿਰਿਆ ਆ ਉਹ ਫਿਰ ਕੀ ਟੈਨਸ਼ਨਾਂ ਫਿਕਰਾਂ ਜ਼ਿਆਦਾ ਵੱਧ ਜਾਂਦੇ ਆ ਤੇ ਪਰਮੇਸ਼ਵਰ ਦੇ ਬੱਚੇ ਨੂੰ ਪਤਾ ਨਹੀਂ ਮਾਨੀ ਮਿਲ ਪਾ ਰਹੀ ਸੀ ਕਿਵੇਂ ਜਾਣੂ ਸਮਝ ਲੱਗ ਰਹੀ ਹੈ ਕੋਨ ਹਾਲੇਲੂਇਆ 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 ਹਾਂਜੀ ਪਰ ਜੋ ਜ਼ਮੀਨ ਵੀ ਵਿੱਚ ਗਿਰਿਆ ਜਿਹੜਾ ਚੰਗੀ ਜ਼ਮੀਨ ਦੇ ਵਿੱਚ ਪੜ ਲਿਖਿਆ ਤਿੰਨ ਥਾਂ ਦੇ ਉੱਤੇ ਡਿੱਗ ਗਿਆ ਆ ਤਿੰਨ ਤਰ੍ਹਾਂ ਦੇ ਲੋਕਾਂ ਦੇ ਉੱਤੇ ਜਿਹੜਾ ਆ ਬਚਨ ਚੱਲ ਚੁੱਕਾ ਆ ਇਹ ਚੌਥੀ ਤਰ੍ਹਾਂ ਦੇ ਲੋਕ ਆ ਯਿਸੂ ਮਸੀਹ ਦੇ ਜਿੰਦਾ ਨਾਮ ਜੋ ਚੌਥੀ ਤਰ੍ਹਾਂ ਦੇ ਲੋਕ ਤੁਸੀਂ ਹੋ ਜਾਓ ਸਾਰੀ ਕਲੀਸਿਆ ਬੰਨੇ ਆਪਣੇ ਆਮੀਨ ਹਾਂਜੀ ਪੜੀਏ ਪਰ ਜੋ ਜ਼ਮੀਨ ਵੀ ਵਿੱਚ ਗਿਰਿਆ ਜਿਹੜਾ ਬੀਜ ਚੰਗੀ ਜ਼ਮੀਨ ਦੇ ਵਿੱਚ ਗਿਰਿਆ ਤੋ ਉਹ ਹਨ ਸੋ ਬੜੇ ਧਿਆਨ ਦੇ ਨਾਲ ਉਹ ਲੋਕ ਹਨ ਜਿਹੜੇ ਸੁਣ ਕੇ ਵਚਨ ਨੂੰ ਜੰਮੇ ਉਹ ਲੋਕ ਹਨ ਆਈ ਆਪਣੇ ਅੱਖਾਂ ਪਰ ਦੇ ਕੇ ਪ੍ਰਾਪਤ ਕਰਦਾ ਅਨੇ ਜਾਈ ਕੋਈ ਆਤਮਾ ਸਾਦਾ ਹਰ ਵੀ ਦੇ ਕੇ ਪ੍ਰਭੂ ਜੀ ਦਾ ਬੇਦਾ ਲੋਕਾਂ ਨੂੰ ਪਵਿੱਤਰਾਤ ਨੂੰ ਮੇਰੀ ਬੋਲਣ ਦੇ ਵਿੱਚ ਸਾਡੀ ਸਾਡੇ ਲੋਕਾਂ ਦੀ ਸੁਣਨ ਸਭ ਤੋਂ ਪਹਿਲੇ ਪਤਾ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਆ ਹਾਲੇਲੂਇਆ 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 ਹਾਂਜੀ ਪੜੀਏ ਜਰਾ ਪਵਿੱਤਰਾਤ ਨੂੰ ਮੁੱਖ ਸੁਣਨ ਸੰਤਾਰ ਹਾਂਜੀ ਪਰ ਜੋ ਜ਼ਮੀਨ ਵਿੱਚ ਗਿਰਿਆ ਜਿਹੜਾ ਚੰਗੀ ਜ਼ਮੀਨ ਦੇ ਵਿੱਚ ਗਿਰਿਆ ਉਹ ਲੋਕ ਹਨ ਜਿਹੜੇ ਸੁਣ ਕੇ ਵਚਨ ਨੂੰ ਜਨਮੇ ਜਿਹੜੇ ਲੋਕ ਵਚਨ ਨੂੰ ਸੁਣਦੇ ਆ ਜਿਹੜੇ ਲੋਕ ਪਰਮੇਸ਼ਵਰ ਦੀਆਂ ਗੱਲਾਂ ਨੂੰ ਸੁਣਦੇ ਆ ਜਿਹਨਾਂ ਨੇ ਉੱਪਰਲੀਆਂ ਤਿੰਨੇ ਗੱਲਾਂ ਸੁਣ ਕੇ ਆਪਣੇ ਜੀਵਨ ਚ ਅਪਲਾਈ ਨਹੀਂ ਕੀਤੀਆਂ ਉਹ ਲੋਕ ਆ ਜਿਹਨਾਂ ਨੇ ਆਪਣੇ ਦਿਲ ਨੂੰ ਚੰਗੀ ਜ਼ਮੀਨ ਬਣਾ ਲਿਆ ਆ ਜਿਹਨਾਂ ਨੇ ਕੰਡਿਆਲੇ ਆਪਣੀ ਜ਼ਮੀਨ ਤੋਂ ਦੂਰ ਕਰ ਦਿੱਤੀਆਂ ਆ ਜਿਹਨਾਂ ਨੇ ਪੱਥਰ ਵਾਲੀ ਜ਼ਮੀਨ ਆਪਣੇ ਦਿਲ ਤੋਂ ਦੂਰ ਕਰ ਦਿੱਤੀ ਆ ਜਿਹਨਾਂ ਨੇ ਉਹ ਰਸਤਾ ਜਿੱਥੇ ਵਾਰ ਵਾਰ ਪਾਪ ਆਉਂਦਾ ਆ ਜਿੱਥੇ ਵਾਰ ਵਾਰ ਬੁਰਾਈ ਹੁੰਦੀ ਆ ਉਸ ਰਸਤੇ ਤੋਂ ਆਪਣੇ ਦਿਲ ਦੇ ਵਿੱਚੋਂ ਕੱਢ ਲਿਆ ਆ ਉਹ ਲੋਕ ਉਹਨਾਂ ਦਾ ਦਿਲ ਜਿਹੜਾ ਚੰਗੀ ਜ਼ਮੀਨ ਬਣ ਚੁੱਕਾ ਆ ਇਹ ਤਿੰਨ ਗੱਲਾਂ ਜਿਹਨਾਂ ਨੇ ਆਪਣੇ ਦਿਲ ਦੇ ਵਿੱਚੋਂ ਕੱਢ ਦਿੱਤੀਆਂ ਆ ਤੇ ਚੌਥੀ ਥਾਂ ਦੇ ਉੱਤੇ ਕੀ ਜੋ ਕਰੇ ਦੇਖਦਾ ਆ ਸਾਰੀ ਕਲੀਸਿਆ ਬੋਲਿਆ ਆਪਣੇ ਆਮੀਨ ਜਿਨ੍ਹਾਂ ਲੋਕਾਂ ਨੇ ਤਿੰਨ ਗੱਲਾਂ ਆਪਣੇ ਜੀਵਨ ਦੇ ਵਿੱਚੋਂ ਕੱਢ ਦਿੱਤੀਆਂ ਆ ਜਿਹਦੇ ਦੁਆਰਾ ਸ਼ੈਤਾਨ ਵਚਨ ਨੂੰ ਚਲਾਉਂਦਾ ਆ ਲੋਕਾਂ ਨੂੰ ਗੁੰਮਰਾਹ ਕਰਦਾ ਆ ਸੋ ਗੁੰਮਰਾਹ ਦੇ ਵਿੱਚ ਜਾਣ ਦੇ ਕੇ ਰਸਤੇ ਦੇ ਵਿੱਚ ਵਿਗੜ ਪਾਉਂਦਾ ਆ ਇਸ ਇਹਨਾਂ ਗੱਲਾਂ ਨੂੰ ਜਿਨ੍ਹਾਂ ਨੇ ਮੰਨ ਕੇ ਆਪਣੇ ਜੀਵਨ ਦੇ ਵਿੱਚੋਂ ਕੱਢ ਦਿੱਤਾ ਆ ਉਹਨਾਂ ਦਾ ਦਿਲ ਜਿਹੜਾ ਚੰਗੀ ਜ਼ਮੀਨ ਬਣ ਚੁੱਕਾ ਆ ਸਾਰੀ ਕਲੀਸਿਆ ਬੋਲੇ ਆਪੇ ਆਮੀਨ ਹਾਂਜੀ ਪੜੀਏ ਜ਼ਰਾ ਜਿਹੜੇ ਸੁਣ ਕੇ ਵਚਨ ਨੂੰ ਜੰਗੇ ਜਿਹੜੇ ਸੁਣ ਕੇ ਵਚਨ ਨੂੰ ਚੰਗੇ ਅਤੇ ਖਰੇ ਦਿਲ ਵਿੱਚ ਸਾਂਭੀ ਰੱਖਦੇ ਹਨ ਖਰੇ ਦਿਲ ਦੇ ਵਿੱਚ ਸਾਂਭੀ ਰੱਖਦੇ ਹਨ ਔਰ ਧੀਰਜ ਨਾਲ ਪਾਲ ਦਿੰਦੇ ਹਨ ਔਰ ਸਬਰ ਦੇ ਨਾਲ ਪੜ ਦਿੰਦੇ ਆ ਬੋਲੋ ਹਾਲੇਲੂਇਆ 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 ਖਰਾ ਦਿਲ ਕਦੋਂ ਬੜਨਾ ਤੇ ਚੰਗਾ ਦਿਲ ਕਦੋਂ ਬੜਨਾ ਜਦੋਂ ਆਪਣੀ ਮਤਰਾਂ ਦੀਆਂ ਗੱਲਾਂ ਨੂੰ ਮੰਨ ਕੇ ਇਹਨਾਂ ਨੂੰ ਆਪਣੇ ਜੀਵਨ ਦੇ ਵਿੱਚੋਂ ਕੱਢ ਦੇਣਾ ਆ ਫਿਰ ਤੁਹਾਡਾ ਦਿਲ ਤੁਹਾਡਾ ਰੂਹ ਤੁਹਾਡਾ ਰੂਹ ਦੀ ਸੰਜਾਨ ਹੈ ਫਿਰ ਚੰਗਾ ਤੇ ਖਰਾ ਬਣ ਜਾਏਗਾ ਪਰਮੇਸ਼ਵਰ ਦੇ ਲਈ ਫਿਰ ਪਵਿੱਤਰ ਆਤਮਾ ਤੁਹਾਡੇ ਅੰਦਰ ਆਏਗਾ ਫਿਰ ਉਹ ਤੁਹਾਨੂੰ ਸ਼ਿਕਸ਼ਾ ਦੇਗਾ ਫਿਰ ਤੁਹਾਨੂੰ ਉਹ ਸਿਖਾਏਗਾ ਫਿਰ ਤੁਸੀਂ ਨਵੀਆਂ ਨਵੀਆਂ ਬੋਲੀਆਂ ਬੋਲੋਗੇ ਫਿਰ ਤੁਹਾਡੇ ਪਰਮੇਸ਼ਵਰ ਦੇ ਨਾਲ ਰਾਸਤਾ ਜਿਹੜਾ ਕਾਇਮ ਹੋ ਜਾਏਗਾ ਫਿਰ ਤੁਸੀਂ ਪ੍ਰਾਰਥਨਾ ਕਰੋਗੇ ਪਰਮੇਸ਼ਵਰ ਸੁਣੇਗਾ
ਤੇ ਉਦੋਂ ਚੰਗਾ ਤੇ ਖਰਾ ਬਣਨਾ ਆ ਜਦੋਂ ਕੰਡੀ ਆਲੀ ਆਪਣੀ ਜ਼ਮੀਨ ਤੋਂ ਕੱਢ ਦਿੰਦੀ ਆ। ਜਦੋਂ ਆਪਣੇ ਦਿਲ ਦੀ ਜ਼ਮੀਨ ਦੇ ਵਿੱਚੋਂ ਕੰਡੀ ਆਲੀਆਂ ਕੱਢ ਦਿੰਦੀਆਂ, ਪੱਥਰ ਵਾਲੀ ਜ਼ਮੀਨ ਕੱਢ ਦਿੱਤੀ। ਔਰ ਕਿਹੜੀ ਜ਼ਮੀਨ? ਪੱਥਰ ਵਾਲੀ ਤੇ ਕੰਡੀ ਆਲੀਆਂ ਵਾਲੀ। ਹੋਰ ਕਿਹੜੀ? ਭਾਈਆਂ ਦੇ ਵਿੱਚੋਂ ਜਿਹੜੀ ਰਸਤੇ ਦੇ ਵਿੱਚ ਆਵਾਜਾਈ। ਪਰਮੇਸ਼ਵਰ ਦਾ ਜਿਹੜਾ ਵਚਨ ਦੇਖਦਾ ਆ ਤੇ ਸੋ ਗੁਣਾ ਬਲਵੰਤ ਹੁੰਦਾ ਆ। ਬੋਲੋ ਆਮੇਨ। ਸਮਝ ਲੱਗ ਰਹੀ ਆ? ਸਮਝ ਲੱਗ ਰਹੀ ਆ? ਉਪਰੋਂ ਤਾਂ ਨਹੀਂ ਲੱਗ ਰਿਹਾ? ਉਪਰੋਂ ਤਾਂ ਨਹੀਂ ਲੱਗ ਰਿਹਾ? ਜਿਹਨੇ ਚੰਗਾ ਕੰਮ ਕੀਤਾ ਹੁੰਦਾ ਉਹ ਚੜਾ ਹੋ ਕੇ ਜਾਂ ਉਹਦਾ ਘੁੰਮ ਕਰਕੇ ਟੈਸ਼ ਕਰਦਾ ਹੈ, ਉਹਨੂੰ ਕੋਈ ਡਰ ਨਹੀਂ ਹੁੰਦਾ ਕਿਉਂਕਿ ਉਹ ਗਲਤ ਨਹੀਂ ਆ। ਨਸ਼ਾ ਕਰਨ ਵਾਲਾ ਲੋਕ ਕੇ ਨਸ਼ਾ ਕਿਉਂ ਕਰਦਾ ਹੈ? ਕਿਉਂਕਿ ਉਹਨੂੰ ਡਰ ਹੈ, ਉਹ ਆਪਣੇ ਆਪ ਨੂੰ ਦਬਾਉਂਦਾ ਹੈ, ਆਪਣੇ ਆਪ ਨੂੰ ਜਗਾਉਂਦਾ ਹੈ। ਕਿੰਨੇ ਮੈਨੂੰ ਸਮਝ ਲੱਗ ਰਹੀ ਹੈ? ਜਦੋਂ ਤੁਹਾਡਾ ਦਿਲ ਚੰਗਾ ਤੇ ਖਰਾ ਬਣ ਜਾਏਗਾ ਫਿਰ ਤੁਸੀਂ ਆਪਣੇ ਆਪ ਨੂੰ ਲਗਾਓਗੇ ਨਹੀਂ, ਫਿਰ ਤੁਸੀਂ ਆਪਣੇ ਆਪ ਨੂੰ ਪ੍ਰਗਟ ਕਰੋਗੇ, ਫਿਰ ਤੁਸੀਂ ਪਰਮੇਸ਼ਵਰ ਦੇ ਗਵਾਹ ਬਣ ਜਾਓਗੇ ਕਿ ਯਿਸੂ ਮਸੀਹ ਨੇ ਮੇਰੇ ਜੀਵਨ ਨੂੰ ਬਦਲ ਦਿੱਤਾ। ਮੈਂ ਇੰਨਾ ਭੈੜਾ ਹੁੰਦਾ ਸੀਗਾ, ਮੇਰੇ ਅੰਦਰ ਆਹ ਕਮੀਆਂ ਸੀ, ਮੈਂ ਨਸ਼ੇ ਕਰਦਾ ਸੀ, ਮੈਂ ਗੁਨਾਹ ਕਰਦਾ ਸੀ, ਮੈਂ ਗਲਤ ਕੰਮ ਕਰਦਾ ਸੀਗਾ, ਲੇਕਿਨ ਮੇਰੇ ਯਿਸੂ ਨੇ ਮੈਨੂੰ ਆਜ਼ਾਦ ਕਰ ਦਿੱਤਾ। ਫਿਰ ਤੁਸੀਂ ਆਪਣੇ ਆਪ ਨੂੰ ਦਬਾਓਗੇ ਨਹੀਂ, ਆਪਣੇ ਆਪ ਨੂੰ ਉੱਚੀ ਥਾਂ ਤੇ ਰੱਖੋਗੇ ਤਾਂ ਕਿ ਦੂਜੇ ਆਪ ਵਿੱਚ ਸ਼ਾਮਿਲ ਹੋ ਕੇ ਬੋਲੋ ਹਾਲੇਲੂਇਆ 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 ਹਾਲੇਲੂਇਆ। ਰਸਤਾ ਜਿੱਥੇ ਆਵਾਜਾਈ ਬਹੁਤ ਆ, ਬੱਚਨ ਠਹਿਰਦਾ ਨਹੀਂ ਆ, ਔਰ ਜਿੱਥੇ ਕੰਡਿਆਲੀਆਂ ਆ, ਜਿੱਥੇ ਪੱਥਰ ਆ, ਜਦੋਂ ਤੁਸੀਂ ਆਪਣੇ ਜੀਵਨ ਤੋਂ ਵਿੱਚੋਂ ਕੱਢ ਦਿੱਤੀਆਂ ਆ ਔਰ ਪਰਮੇਸ਼ਵਰ ਨੇ ਤੁਹਾਨੂੰ ਉੱਚੀ ਥਾਂ ਦੇ ਉੱਤੇ ਬਿਠਾ ਦਿੱਤਾ ਆ, ਫਿਰ ਤੁਸੀਂ ਬਾਕੀ ਲੋਕਾਂ ਨੂੰ ਵੀ ਉਹਨਾਂ ਦੀ ਸੇਵਾ ਕਰਨ ਦਾ ਕੰਮ ਕਰੋਗੇ। ਹਾਲੇਲੂਇਆ ਹਾਲੇਲੂਇਆ। ਕਿੰਨੇ ਜਣਾਂ ਨੂੰ ਸਮਝ ਲੱਗ ਰਹੀ ਹੈ? ਹਾਂਜੀ, ਥੋੜਾ ਜਿਹਾ ਹੋਰ ਅੱਗੇ ਵਧੀਏ। ਕੁਝ ਹੋਵੇਗਾ ਨਹੀਂ ਜੋ ਪਰਮਾਤਮਾ ਨਾ ਹੋਵੇਗਾ ਅਤੇ ਕੁਝ ਦੁਖੀਆਂ ਨਹੀਂ। ਕੋਈ ਵੀ ਗੱਲ ਇੱਦਾਂ ਦੀ ਨਹੀਂ ਆ, ਚਾਹੇ ਜਿੰਨੀ ਮਰਜ਼ੀ ਛਿਪਾ ਲਓ, ਚਾਹੇ ਜੋ ਮਰਜ਼ੀ ਕਰ ਲਓ, ਉਹ ਪ੍ਰਗਟ ਨਾ ਹੋਗਾ ਤਾਂ ਜੀ ਇੱਦਾਂ ਦੀ ਕੋਈ ਗੱਲ ਨਹੀਂ ਆ। ਹਾਂਜੀ, ਕੁਝ ਦੁਖੀਆਂ ਨਹੀਂ ਹਾਂਜੀ ਜਾਣਿਆ ਨਾ ਜਾਵੇ ਹਾਂਜੀ ਅਤੇ ਉਜਾਗਰ ਨਾ ਹੋਵੇ। ਇਸ ਕਰਕੇ ਚੌਕਸ ਰਹੋ, ਇਸ ਕਰਕੇ ਚੌਕਸ ਰਹੋ ਜੋ ਕਿਸ ਤਰ੍ਹਾਂ ਸੁਣਦੇ ਹੋ। ਇਸ ਤਰ੍ਹਾਂ ਕਰਕੇ ਤੁਸੀਂ ਸੁਣਦੇ ਆ, ਚਾਰ ਤਰ੍ਹਾਂ ਦੀਆਂ ਗੱਲਾਂ ਤੁਸੀਂ ਸੁਣ ਲਈਆਂ ਆ। ਸ਼ੈਤਾਨ ਕਿੱਦਾਂ ਬੱਚਨ ਨੂੰ ਚਲਾਉਂਦਾ ਆ, ਕਿੱਦਾਂ ਸਾਨੂੰ ਗੁੰਮਰਾਹ ਕਰਦਾ ਆ, ਕਿੱਦਾਂ ਸਾਡੇ ਆਤਮਕ ਲੈਵਲ ਨੂੰ ਡਾਊਨ ਕਰਦਾ ਆ, ਅੱਜ ਅਸੀਂ ਸੁਣ ਲਿਆ ਆ। ਬਾਈਬਲ ਆਖਦਾ ਚੌਕਸ ਰਹੋ ਤੇ ਦੇਖੋ ਤੁਸੀਂ ਕਿੱਦਾਂ ਸੁਣਦੇ ਆ। ਯਿਸੂ ਮਸੀਹ ਨੇ ਉੱਚੀ ਉੱਚੀ ਬੋਲ ਕੇ ਆਖਿਆ ਆ ਕਿ ਜਿਹੜੇ ਸੁਣਨ ਦੇ ਕੰਨ ਹੋਣ ਉਹ ਸੁਣ ਲਵੇ ਕਿ ਉਹ ਕਿੱਦਾਂ ਸੁਣਦਾ ਆ, ਚਾਰਾਂ ਦੇ ਵਿੱਚੋਂ ਕਿਹੜੀਆਂ ਗੱਲਾਂ ਨੂੰ ਸੁਣਦਾ ਆ। ਉਹ ਚੰਗੀ ਚੰਗੀ ਜ਼ਮੀਨ ਵਾਲੀ ਗੱਲ ਨੂੰ ਸੁਣਦਾ ਆ ਜਾਂ ਕੰਡਿਆਲੀਆਂ ਵਾਲੀ ਗੱਲ ਨੂੰ ਜਾਂ ਪੱਥਰ ਵਾਲੀ ਜਾਂ ਰਸਤੇ ਦੇ ਉੱਤੇ ਗਿਰੇ ਵਾਲੀ, ਕਿਸ ਗੱਲ ਨੂੰ ਸੁਣ ਕੇ ਉਹ ਮੰਨਦਾ ਆ, ਕਿੱਦਾਂ ਆਪਣੇ ਆਤਮਕ ਜੀਵਨ ਦੀ ਰਾਖੀ ਕਰਦਾ ਆ, ਕਿੱਦਾਂ ਆਪਣੇ ਆਪ ਨੂੰ ਬਚਾਉਂਦਾ ਆ। ਦੇਖਿਆ ਚੌਕਸੀ ਦੇ ਨਾਲ ਦੇਖੋ ਕਿ ਤੁਸੀਂ ਕਿੱਦਾਂ ਸੁਣਦੇ ਆ। ਹਾਂਜੀ, ਕਿਉਂਕਿ ਇਹਦੇ ਕੋਲ ਕੁਝ ਹੋਵੇ, ਜਿਹਦੇ ਕੋਲ ਕੁਝ ਹੋਵੇ ਉਹਨੂੰ ਦਿੱਤਾ ਜਾਵੇਗਾ, ਉਹਨੂੰ ਹੋਰ ਵੀ ਦਿੱਤਾ ਜਾਊਗਾ। ਹਾਂਜੀ, ਅਤੇ ਜਿਹਦੇ ਕੋਲ ਨਾ ਹੋਵੇ, ਜਿਹਦੇ ਕੋਲ ਨਾ ਹੋਵੇ ਉਸਨੂੰ ਉਹ ਵੀ ਜੋ ਆਪਣੀ ਦਾਤ ਵਿੱਚ ਰੱਖਦਾ ਹੈ, ਜੋ ਲੱਗਦਾ ਆ ਕਿ ਮੇਰੇ ਕੋਲ ਕੁਝ ਹੈਗਾ ਆ, ਲੈ ਲਿਆ ਜਾਵੇਗਾ। ਇਹ ਵੀ ਬਹੁਤ ਵੱਡੀ ਗੱਲ ਆ, ਜੇ ਮੈਂ ਇਹਨੂੰ ਕਲੀਅਰ ਕਰਨ ਤੇ ਬਹੁਤ ਟਾਈਮ ਲੱਗ ਜਾਣਾ ਆ। ਜਦੋਂ ਪਰਮੇਸ਼ਵਰ, ਮੈਂ ਤੁਹਾਨੂੰ ਦੱਸਦਾ ਹਾਂ ਤੁਸੀਂ ਕਲਾਮ ਦੇ ਵਿੱਚ ਚਾਹੇ ਪੜ੍ਹਿਆ ਹੋਵੇ ਜਾਂ ਨਾ ਪੜ੍ਹਿਆ ਹੋਵੇ, ਯਿਸੂ ਮਸੀਹ ਨੇ ਉਦਾਹਰਣ ਦਿੱਤੀ ਆ ਕਿ ਕਿਸੇ ਨੂੰ ਦੋ ਸਿੱਕੇ ਮਿਲੇ, ਕਿਸੇ ਨੂੰ ਪੰਜ ਤੇ ਕਿਸੇ ਨੂੰ ਇੱਕ। ਯਾਦ ਹੈ ਕਿਸੇ ਨੂੰ? ਹੁਣ ਤੁਹਾਨੂੰ ਆ ਗੱਲ ਸਮਝ ਆਈ, ਮੈਂ ਕੀ ਸਮਝ ਦੁਬਾਰਾ ਪੜ੍ਹੋ ਇਸ ਨੂੰ। ਇਸ ਕਰਕੇ ਟੋਕਨ ਰਹੋ
ਹਾਂਜੀ ਕਿਉਂਕਿ ਕਿਹੜਾ ਸੋਚਦੇ ਹੋ ਚੌਕਸ ਰਹੋ ਦੇਖੋ ਪਵਿੱਤਰ ਆਤਮਾ ਫਿਰ ਤੁਸੀਂ ਕੋਣਾ ਚਾਹੁੰਦਾ ਹੈ ਚੌਕਸ ਰਹੋ ਕਿਉਂਕਿ ਕਿਹੜਾ ਸੋਚਦੇ ਹੋ ਤੁਸੀਂ ਕਿਸ ਤਰ੍ਹਾਂ ਸੁਣਦੇ ਆ ਕਿਉਂਕਿ ਜਿਹਦੇ ਕੋਲ ਕੁਝ ਹੋਵੇ ਜਿਹਦੇ ਕੋਲ ਕੁਝ ਹੋਵੇ ਉਹ ਦਿੱਤਾ ਜਾਵੇਗਾ ਉਹ ਦਿੱਤਾ ਜਾਵੇਗਾ ਦਾ ਮਤਲਬ ਕੀ ਆ ਕਿ ਜਦੋਂ ਤੁਹਾਨੂੰ ਪਰਮੇਸ਼ਰ ਵੱਲੋਂ ਆਸ਼ੀਸ਼ ਮਿਲਦੀ ਆ ਬਰਕਤ ਮਿਲਦੀ ਆ ਜਦੋਂ ਤੁਸੀਂ ਉਹਦੀ ਸਾਂਭ ਰੱਖਦੇ ਆ ਉਹ ਵਧਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਹੋਰ ਮਿਲਦੀ ਆ ਜਦੋਂ ਪਰਮੇਸ਼ਰ ਤੁਹਾਡੇ ਜੀਵਨ ਦੇ ਵਿੱਚ ਸਾਡਾ ਰੱਬ ਜਿਹੜਾ ਸਾਡੇ ਜੀਵਨਾਂ ਦੇ ਵਿੱਚ ਕੰਮ ਕਰਦਾ ਆ ਜਦੋਂ ਅਸੀਂ ਉਹਦੇ ਗਵਾਹ ਬਣਦੇ ਆ ਆਪਣੇ ਆਪ ਨੂੰ ਉੱਚਾ ਕਰਕੇ ਲੋਕਾਂ ਦੇ ਵਿੱਚ ਗਵਾਹ ਬਣਦੇ ਆ ਦੱਸਦੇ ਆ ਕਿ ਮੇਰੇ ਪਰਮੇਸ਼ਰ ਨੇ ਮੇਰੇ ਲਈ ਆਹ ਕੀਤਾ ਆ ਉਦੋਂ ਕੀ ਹੁੰਦਾ ਆ ਸਾਨੂੰ ਹੋਰ ਵੀ ਮਿਲਦਾ ਆ ਸਾਡੇ ਜੀਵਨ ਦੇ ਵਿੱਚ ਹੋਰ ਵੀ ਗਵਾਹੀਆਂ ਪੈਦਾ ਹੁੰਦੀਆਂ ਆ ਸਾਡੇ ਜੀਵਨ ਦੇ ਵਿੱਚ ਹੋਰ ਵੀ ਚਿੰਨ੍ਹ ਚਮਤਕਾਰ ਹੁੰਦੇ ਆ ਉਹਨਾਂ ਲੋਕਾਂ ਦੇ ਜੀਵਨਾਂ ਦੇ ਵਿੱਚ ਜਿਹਨਾਂ ਦੇ ਕੋਲ ਕੁਝ ਹੈਗਾ ਆ ਉਹਨਾਂ ਦੀ ਸਾਂਭ ਕਰਦੇ ਆ ਔਰ ਉਹਦੇ ਧਿਆਨ ਵੀ ਰੱਖਦੇ ਆ ਉਹਨਾਂ ਲੋਕਾਂ ਦੇ ਜੀਵਨਾਂ ਦੇ ਵਿੱਚ ਪਰਮੇਸ਼ਰ ਹੋਰ ਵੀ ਆਸ਼ੀਸ਼ ਨੂੰ ਉਡੇਲ ਦਿੰਦੇ ਆ ਹਾਂਜੀ ਅਤੇ ਜਿਹਦੇ ਕੋਲ ਨਾ ਹੋਵੇ ਜਿਹਦੇ ਕੋਲ ਕੁਝ ਨਾ ਹੋਵੇ ਉਹ ਤੋਂ ਉਹ ਵੀ ਉਹ ਜਿਹੜਾ ਪਰਮੇਸ਼ਰ ਦੇ ਕਦਮਾਂ ਦੇ ਵਿੱਚ ਆ ਰਿਹਾ ਲੇਕਿਨ ਆਪਣੇ ਦਿਲ ਨੂੰ ਖੋਲ ਨਹੀਂ ਰਿਹਾ ਆਪਣੇ ਦਿਲ ਦੇ ਦਰਵਾਜ਼ੇ ਨੂੰ ਖੋਲ ਨਹੀਂ ਰਿਹਾ ਫਿਰ ਜਦੋਂ ਯਿਸੂ ਮਸੀਹ ਨੇ ਦੇਖਣਾ ਆ ਉਹਦੇ ਕੋਲ ਕੁਝ ਵੀ ਨਹੀਂ ਆ ਤੇ ਜੋ ਕੁਝ ਸੋਚ ਰਿਹਾ ਕਿ ਮੇਰੇ ਕੋਲ ਬਹੁਤ ਕੁਝ ਹੈਗਾ ਆ ਉਹਦੇ ਕੋਲ ਉਹ ਹੀ ਲੈ ਲਿਆ ਜਾ ਰਿਹਾ ਪਰਮੇਸ਼ਰ ਦੀ ਨਜ਼ਰਾਂ ਦੇ ਵਿੱਚ ਉਹਦੇ ਕੋਲ ਕੁਝ ਵੀ ਨਹੀਂ ਆ ਲੇਕਿਨ ਉਹਦੀ ਆਪਣੀਆਂ ਨਜ਼ਰਾਂ ਨੂੰ ਲੱਗਦਾ ਆ ਕਿ ਮੇਰੇ ਕੋਲ ਕੁਝ ਹੈ ਕਿਉਂਕਿ ਧਨ ਦੌਲਤ ਪਰਮੇਸ਼ਰ ਦੇ ਕਿਸੇ ਕੰਮ ਦਾ ਨਹੀਂ ਆ ਇਨਸਾਨ ਨੂੰ ਲੱਗਦਾ ਕਿ ਮੇਰਾ ਪੈਸਾ ਮੈਨੂੰ ਬਚਾ ਸਕਦਾ ਹੈ ਮੇਰਾ ਨਾਮ ਮੈਨੂੰ ਬਚਾ ਸਕਦਾ ਹੈ ਲੇਕਿਨ ਪਰਮੇਸ਼ਰ ਦੀ ਨਜ਼ਰਾਂ ਦੇ ਵਿੱਚ ਉਹ ਜ਼ੀਰੋ ਆ ਉਹਦੇ ਕੋਲ ਉਹ ਵੀ ਲੈ ਲਿਆ ਜਾਂਦੇ ਸਭ ਜਿਹੜਾ ਪਰਮੇਸ਼ਰ ਦੇ ਉੱਤੇ ਭਰੋਸਾ ਕਰਨ ਦੀ ਬਜਾਏ ਆਪਣੇ ਆਪ ਦੇ ਉੱਤੇ ਆਪਣੇ ਦਿਮਾਗ ਦੇ ਉੱਤੇ ਆਪਣੀਆਂ ਸੋਚਾਂ ਦੇ ਉੱਤੇ ਭਰੋਸਾ ਰੱਖਦਾ ਹੈ ਕੌਣ ਦੱਸੋ ਕਿ ਮੈਂ ਸਮਝਦਾ ਹਾਂ ਬੋਲੋ ਹਾਲੇਲੂਯਾ 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 ਅੱਗੇ ਪੜ੍ਹੋ ਕਿਉਂਕਿ ਜਿਹਦੇ ਕੋਲ ਕੁਝ ਹੋਵੇ ਉਹਨੂੰ ਦਿੱਤਾ ਜਾਵੇਗਾ ਔਰ ਜਿਹਦੇ ਕੋਲ ਨਾ ਹੋਵੇ ਉਸ ਤੋਂ ਉਹ ਵੀ ਜੋ ਆਪਣੀ ਯਾਦ ਵਿੱਚ ਰੱਖਦਾ ਹੈ ਜੋ ਆਪਣੀ ਜਾਂਚ ਦੇ ਵਿੱਚ ਰੱਖਦਾ ਆ ਲੈ ਲਿਆ ਜਾਵੇਗਾ ਉਹ ਵੀ ਲੈ ਲਿਆ ਜਾਵੇਗਾ ਕਿਉਂਕਿ ਉਹ ਆਪਣੇ ਦਿਲ ਦੇ ਦਰਵਾਜ਼ੇ ਨੂੰ ਖੋਲ ਕਰਨੀ ਆ ਇਸ ਮਸੀਹ ਦੇ ਪਵਿੱਤਰ ਨਾਮ ਦੇ ਵਿੱਚ ਆ ਕੇ ਆਇਆ ਮੇਰੇ ਮੂੰਹ ਦੇ ਵਿੱਚ ਨਿਕਲੇ ਹੋਏ ਪਵਿੱਤਰ ਸ਼ਬਦ ਆ ਜੇ ਕੋਈ ਆਪਣੇ ਦਿਲ ਦੇ ਦਰਵਾਜ਼ੇ ਨੂੰ ਖੋਲਦਾ ਹੈ ਕਿਉਂਕਿ ਮੈਂ ਬਾਹਰ ਕੱਢ ਫਰਮਾਉਂਦਾ ਆ ਜੇ ਕੋਈ ਖੋਲਦਾ ਆ ਤਾਂ ਮੈਂ ਉਹਦੇ ਦਿਲ ਦੇ ਅੰਦਰ ਆਵਾਂ ਮੈਂ ਵੀ ਜ਼ਿੰਦਗੀ ਦੇ ਵਿੱਚ ਆਵਾਂਗਾ ਡਿਪੈਂਡ ਕਰਦਾ ਤੁਹਾਡੇ ਉੱਤੇ ਕਿਹੜਾ ਖੋਲਦਾ ਹੈ ਕਿਹਦੇ ਕਰੋ ਨਾਲ ਮੈਂ ਖੋਲ ਜਾਂ ਸ਼ਿਫਾ ਹੈ ਹਾਲੇਲੂਯਾ ਹਾਲੇਲੂਯਾ ਜਿਹੜੇ ਲੋਕ ਆਪਣੇ ਦਿਲ ਦਾ ਦਰਵਾਜ਼ਾ ਖੋਲਦੇ ਆ ਉਹਨਾਂ ਲੋਕਾਂ ਦੇ ਜੀਵਨ ਦੇ ਵਿੱਚ ਪਰਮੇਸ਼ਰ ਆਉਂਦੇ ਆ ਔਰ ਜੋ ਉਹਨਾਂ ਨੂੰ ਖੋਲ ਦੇ ਕੋਲ ਹੁੰਦਾ ਆ ਉਹ ਹੋਰ ਵੀ ਮਿਲਦਾ ਹੈ ਔਰ ਜਿਹੜੇ ਖੋਲਦੇ ਨਹੀਂ ਆ ਫਿਰ ਉਹਨਾਂ ਦੀ ਨਜ਼ਰਾਂ ਦੇ ਵਿੱਚ ਦੋਨਾਂ ਦੇ ਕੋਲ ਹੈਗਾ ਉਹ ਵੀ ਲੈ ਲਿਆ ਜਾਂਦਾ ਹਾਲੇਲੂਯਾ ਹਾਲੇਲੂਯਾ ਹਾਂਜੀ ਉਹਦੀ ਮਾਤਾ ਦੇ ਪ੍ਰਾਪਤ ਤੋਂ ਆਏ ਇਹ ਗੱਲਾਂ ਜਦੋਂ ਯਿਸੂ ਮਸੀਹ ਲੋਕਾਂ ਨੂੰ ਆਖਦੇ ਹੁੰਦੇ ਸੀਗੇ ਉੱਚੀ ਉੱਚੀ ਆਵਾਜ਼ ਦੇ ਵਿੱਚ ਆਖਦੇ ਸੀਗੇ ਕਿ ਜਿਹਦੇ ਕੰਨ ਹੋਣ ਉਹ ਸੁਣੇ ਕਿ ਇੱਕ ਬੀਜ ਬੀਜਣ ਵਾਲਾ ਬੀਜਣ ਦੇ ਲਈ ਨਿਕਲਿਆ ਉਹ ਜਦ ਰਸਤੇ ਦੇ ਵਿੱਚ ਗਿਰ ਗਿਆ ਉਹ ਪੈਰਾਂ ਦੇ ਵਿੱਚ ਮਿੱਧਿਆ ਗਿਆ ਤੇ ਉਹ ਉੱਗਿਆ ਨਹੀਂ ਆਕਾਸ਼ ਦੇ ਪੰਛੀ ਆ ਕੇ ਚੁੱਕ ਕੇ ਲੈ ਗਏ ਯਾਨੀ ਕਿ ਸ਼ੈਤਾਨ ਆ ਕੇ ਬੀਜ ਨੂੰ ਕੱਢ ਕੇ ਲੈ ਗਿਆ ਸਾਨੂੰ ਵਚਨ ਭੁੱਲ ਗਿਆ ਕਿਉਂਕਿ ਵਚਨ ਯਾਦ ਰਹੇਗਾ ਤੇ ਤੁਹਾਨੂੰ ਮੌਤ ਵਾਲੀ ਤਬਾਹੀ ਤੋਂ ਬਚਾਏਗਾ ਔਰ ਵਾਲੇ ਗੁਨਾਹ ਤੋਂ ਬਚਾਏਗਾ ਔਰ ਵਾਲੀ ਸਿਚੁਏਸ਼ਨ ਤੋਂ ਬਚਾਏਗਾ ਜਦੋਂ ਯਿਸੂ ਮਸੀਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸੀਗੇ ਇਹ ਗੱਲਾਂ ਕਰਨ ਤੋਂ ਬਾਅਦ ਲਿਖਿਆ ਯਿਸੂ ਮਸੀਹ ਦੇ ਮਾਤਾ ਅਤੇ ਭਰਾ ਉਹਨੂੰ ਆਏ ਉਹਦੇ ਭਰਾ ਯਿਸੂ ਮਸੀਹ ਨੂੰ ਮਿਲਣ ਦੇ ਲਈ ਆਏ ਪਰ ਭੀੜ ਦੇ ਕਾਰਨ ਖੁਦ ਜਿਹੜੀ ਅੱਪੜ ਨਾ ਸਕੇ ਭੀੜ ਜ਼ਿਆਦਾ ਹੋਣ ਦੇ ਕਰਕੇ ਲੋਕ ਜ਼ਿਆਦਾ ਹੋਣ ਦੇ ਕਰਕੇ ਯਿਸੂ ਮਸੀਹ ਦੇ ਮਾਤਾ ਤੇ ਉਹਦੇ ਭਰਾ ਯਿਸੂ ਮਸੀਹ ਨੂੰ ਮਿਲ ਨਾ ਸਕੇ ਉਹਨੂੰ ਖਬਰ ਕੀਤੀ ਗਈ ਯਿਸੂ ਮਸੀਹ ਤੱਕ ਸੁਨੇਹਾ ਪਹੁੰਚਾ ਦਿੱਤਾ ਗਿਆ ਕੋਈ ਮੇਰੀ ਮਾਂ ਅਤੇ ਮੇਰੇ ਭਰਾ ਬਾਹਰ ਖੜੇ ਤੁਹਾਡੇ ਮਾਤਾ ਜੀ ਤੇ ਤੁਹਾਡੇ ਭਰਾ ਤੁਹਾਨੂੰ ਮਿਲਣ ਦੇ ਲਈ ਆਇਆ ਉਹ ਬਹੁਤ ਦੂਰ ਖੜੇ ਆ ਭੀੜ ਹੋਣ ਦੇ ਕਰਕੇ ਤੁਹਾਡੇ ਤੱਕ ਪਹੁੰਚ ਨਹੀਂ ਸਕੇ ਆ ਲੇਕਿਨ ਉਹਨਾਂ ਨੇ ਸੁਨੇਹਾ ਭੇਜਿਆ ਕਿ ਤੁਹਾਨੂੰ ਮਿਲਣਾ ਚਾਹੁੰਦੇ ਆ ਹਾਂਜੀ ਬਾਹਰ ਖੜੇ ਤੇ ਮਿਲਣਾ ਚਾਹੁੰਦੇ ਆ ਹਾਂਜੀ
और उसने अपना उत्तर दिया यीशु मसीह ने उत्तर दिया कि मेरी माता और मेरे भरा एक हन मेरी माता ते मेरे भरा ए लोग हन जेडे परमेश्वर दा वचन सुनते ओ सारे लोग नहीं है जिन्हां ने तीन तरह दीआं गल्लां अपने जिंदगी चो कढ दित्तियां आ अपने दिन नूं चंगा बना लिया ओ लोग मेरे माता और मेरे भरा भैणियां रिश्ता यीशु मसीह प्रचार करते समझा रहे हैं संगत बैठी पई है और उन्होंने माता और भरा मिलन से नहीं आया तो लोग परमेश्वर के काम के विघन पाने और लोग क्योंकि यीशु मसीह परमेश्वर का काम कर रहे थे उस टाइम के और कुछ विघन पाने भी आ गए रुकावट पाए तो लोग सानू परमेश्वर का नाम ऊंचा करने के लिए जो उजागर करने के लिए रुकावट पाते हैं वो सारे काम पूरा नहीं है और उनके नाल सदा कोई रिश्ता नहीं होना चाहिए जो लोग सानू परमेश्वर की हजूरी के लिए आने तो रोकते हैं वो सारे काम पूरा नहीं है देखिए किसी ने सनिया भेजा है और यीशु मसीह तक गल पहुंच गया चंगी हो चुकी है परमेश्वर के कलाम संभाल के रखते हैं मुताबिक चल रहे वो लोग नहीं जिन्होंने कंडियालियां दे विच गीत सुन दिता जिन्होंने नाखी नहीं की जिन्होंने पत्थर बीज सुट दिता कदर नहीं की जिन्होंने रस्ते बीज सुट दिता लोगों के पैर थले मिटा गया कदर नहीं की लोग नहीं जिन्होंने कदर की कंडियालियों तो बचाया और पत्थर के डिगन तो बचाया और चंगी जमीन से डिगया वह मेरे माता पिता चार तरह का बीज डिपेंड करता साढ़े उत्ते अभी कितने डिपेंड करते कितना की जगह अभी बढ़ाते होंगे चलो तुम अपने घर के चल के परमेश्वर के भवन के दुआ करके आया कि प्रभु मेरे दिल में चंगी जमीन बनाओ और जो बचन सुन के जाते हैं तो उदो प्रार्थना करा करो कि प्रभु तेरा पवित्र आत्मा इस बचन मेरे दिल के समाने मेरी मदद करे उदो फिर तुम उस डराने का काम करोगे ਚਲਦੇ ਹਾਂ ਅੱਜ ਦੇ ਪਵਿੱਤਰ ਨਾਮ ਦੇ ਲਈ ਸੁਖੀ ਦੇ ਪਰਮੇਸ਼ਵਰ ਦਾ ਧੰਨਵਾਦ ਕਰੀਏ ਆਪਣੀ ਕੁੱਤੀਆਂ ਧੰਨਵਾਦ ਕਰੀਏ